ਅਸਲ ਦੋਸਤੋ ਆਓ ਇਹ ਵੀਡੀਓ 'ਚ ਵੇਖਣੇ ਆ ਇੱਕ ਬਹੁਤ ਹੀ ਦੁਰਲਭ ਫਲ ਜਿਹੜਾ ਬਾਜ਼ਾਰ ਵਿੱਚ ਨਹੀਂ ਮਿਲਦਾ ਅਤੇ ਜਿਹੜਾ ਕਿ ਕਿਤੇ ਕਿਤੇ ਲੱਗਾ ਹੁੰਦਾ ਵਾ ਕੋਈ ਇਹਨੂੰ ਆਪਣੇ ਘਰ ਨਹੀਂ ਲੱਗਦਾ ਆਪੇ ਹੀ ਉੱਗਦਾ ਵਾ ਆਪੇ ਹੀ ਵੱਧਦਾ ਆਪੇ ਹੀ ਫੁੱਲਦਾ ਵਾ ਤਾਂ ਮੈਂ ਇੱਕ ਦਿਖਾਉਂਦਾ ਵਾਂ ਵੇਖੋ ਹੁਣ ਵੀਡੀਓ 'ਚ ਇਹ ਹੈ ਜੀ ਉਹ ਪੌਦਾ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਆ ਗੋਲਾਂ ਸ਼ਾਇਦ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਵੱਖ ਵੱਖ ਬੋਲੀ ਦੇ ਆਧਾਰ 'ਤੇ ਵੱਖ ਵੱਖ ਨਾਂ ਇਹਦੇ ਹੋਣ ਇਹ ਬਹੁਤ ਹੀ ਸੋਰਸ ਆਫ ਆਇਰਨ ਜਾਂ ਹੋਰ ਵੀ ਇਹਦੇ 'ਚ ਖੰਡ ਪਦਾਰਥ ਬਹੁਤ ਜ਼ਿਆਦਾ ਹੁੰਦੇ ਨੇ ਇਹ ਇੰਨੇ ਜ਼ਿਆਦਾ ਡਿਲੀਸ਼ੀਅਸ ਆ ਵੇਖੋ ਨਾਲ ਹੀ ਹੱਥਾਂ 'ਚ ਨਿਸ਼ਾਨ ਆ ਜਾਂਦੇ ਨੇ ਜੇ ਕੱਪੜੇ ਲੱਗ ਜਾਏ ਤਾਂ ਨਿਸ਼ਾਨ ਜਾਂਦਾ ਨਹੀਂ ਪੱਕੀ ਡਾਈ ਹੋਏਗੀ ਸਾਰਾ ਪੌਦਾ ਲੱਦਿਆ ਵਾ ਇਹਨਾਂ ਮਿੱਠੀਆਂ ਮਿੱਠੀਆਂ ਗੋਲਾਂ ਨਾਲ ਵਿੱਚੋਂ ਵਿੱਚ ਜਿਹੜਾ ਪੌਦੇ ਦੇ ਪੱਤੀਆਂ ਜਾਂ ਟਹਿਣੀਆਂ ਦੀਆਂ ਜਿਹੜੀਆਂ ਸਪੇਸਿਸ ਨੇ ਉਹਦੇ ਵਿੱਚੋਂ ਸੂਰਜ ਦੀ ਜਿਹੜੀ ਰੋਸ਼ਨੀ ਆ ਹੀਰੇ ਵਾਂਗੂ ਚਮਕਦੀ ਆ ਵੇਖੋ ਵੇਖੋ ਬਹੁਤ ਵਧੀਆ ਨਜ਼ਾਰਾ ਅਤੇ ਰਾਤੀ ਜਿਹੜੀ ਹਵਾ ਚੱਲੀ ਸੀ ਜਾਣੀ ਕਿ 7/4/19 ਨੂੰ ਸ਼ਾਮਾਂ ਨੂੰ ਉਹਨੇ ਬਹੁਤ ਜ਼ਿਆਦਾ ਜਿਹੜੀਆਂ ਗੁੱਲਾਂ ਜ਼ਮੀਨ 'ਤੇ ਵਿਛਾਤੀਆਂ ਨੇ ਸਾਰੀ ਜ਼ਮੀਨ ਭਰੀ ਆ ਪੱਕੀਆਂ ਕੱਚੀਆਂ ਅੱਧੀਆਂ ਪੱਕੀਆਂ ਵੱਖ ਵੱਖ ਅਵਸਥਾ ਫਰੂਟ ਦੀ ਇੱਕ ਹੋਰ ਗੱਲ ਇਹ ਜਿਹੜਾ ਫਰੂਟ ਆ ਇਹ ਮੈਂ ਅੱਜ ਤੱਕ ਕਦੀ ਕਿਸੇ ਰੇਹੜੀ 'ਤੇ ਜਾਂ ਕਿਸੇ ਸ਼ੌਪ 'ਤੇ ਵਿਕਦਾ ਨਹੀਂ ਵੇਖਿਆ ਇਹ ਬਿਲਕੁਲ ਸਾਡੇ ਘਰ ਦੇ ਬਾਹਰ ਆ ਲਾਇਆ ਤਾਂ ਭਾਵੇਂ ਆਪ ਹੀ ਪਰ ਹੁਣ ਇਹਦੇ ਨੰਬਰ ਸਰਕਾਰੀ ਲੱਗ ਗਿਆ ਕਿਉਂਕਿ ਪੂਰਾ ਪਲਾਂਟ ਬਣ ਚੁੱਕਿਆ ਵਾ ਅਤੇ ਰਾਹ ਕੀ ਆਉਂਦੇ ਜਾਂਦੇ ਸਾਰੇ ਜਿਹੜੇ ਆ ਖਾਂਦੇ ਆ ਇਹਨਾਂ ਨੂੰ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਗੋਲਾਂ ਕਹਿੰਦੇ ਇਹਨਾਂ ਨੂੰ ਅਤੇ ਇਹ ਦੁਰਲਭ ਫਰੂਟ ਆ ਜਿਹੜਾ ਕਿ ਮਿਲਦਾ ਨਹੀਂ ਵਿਕਦਾ ਨਹੀਂ ਆ ਕਿਤੇ ਕਿਤੇ ਹੋਏਗਾ ਸ਼ਾਇਦ ਪੰਜਾਬ 'ਚ ਵੱਖ ਵੱਖ ਬੋਲੀਆਂ ਦਾ ਨਾਮ ਵੱਖਰੇ ਵੱਖਰੇ ਹੋ ਸਕਦੇ ਆ ਪਰ ਬਹੁਤ ਸਵਾਦ ਆ ਆਹ ਵੇਖੋ ਮੈਂ ਇੱਕ ਇੱਕ ਗੋਲ ਜਿਹੜੀ ਲਾਈ ਸਿਰਫ ਲਾਈ ਹੀ ਲਾਈਟ ਨੂੰ ਹੱਥ ਦਾ ਅਤੇ ਹੱਥ 'ਤੇ ਨਿਸ਼ਾਨ ਜਿਹੜਾ ਵਾ ਉਹਦੀ ਡਾਈ ਦਾ ਆ ਚੁੱਕਿਆ ਵਾ ਬਿਲਕੁਲ ਜਾਮ ਦੀ ਨਿਸ਼ਾਨ ਹੁੰਦਾ ਵਾ ਡਾਈ ਹੋ ਜਾਂਦਾ ਪੱਕਾ ਚੰਗਾ ਜੀ ਵੀਡੀਓ ਵੇਖਣ ਲਈ ਧੰਨਵਾਦ ਲਾਈਕ ਕਰਿਓ ਸ਼ੇਅਰ ਕਰਿਓ